ਗੱਦਾ ਇਕੱਠਾ ਹੁੰਦਾ ਸੀ। ਮਹਾਰਾਜ ਬਹੁਤ ਦੀਵਾਨ ਦਿੰਦੇ ਰਹੇ। ਆਓ ਜਦੋਂ ਵੱਡੇ ਮਹਾਰਾਜ ਸਰੀਰ ਛੱਡੇ, ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਨੇ ਜਦੋਂ ਜਥੇਦਾਰ ਮਹਾਰਾਜ ਨੂੰ ਕਿਹਾ, ਕਹਿੰਦੇ ਹੁਣ ਤੇਰੇ ਤੋਂ ਹੀ ਹਾਲ ਦੀ ਸੇਵਾ ਲੈਣੀ ਆ। ਤਾਂ ਛੋਟੇ ਮਹਾਰਾਜ ਸੰਤ ਕਿਸ਼ਨ ਸਿੰਘ ਮਹਾਰਾਜ ਨੇ ਜਿੰਨਾ ਹਾਲ ਬਣਿਆ, ਮਹਾਰਾਜ ਕੋਲ ਖੜ ਕੇ, ਸੰਤ ਬਾਬਾ ਕਿਸ਼ਨ ਸਿੰਘ ਜੀ ਕਦੀ ਤੁਸੀਂ ਦੀਵਾਨ ਵੇਖਦੇ ਹੋ ਨਾ। ਜਦੋਂ ਸੰਤ ਬਾਬਾ ਮਹਿੰਦਰ ਸਿੰਘ ਮਹਾਰਾਜ ਦੀਵਾਨ 'ਤੇ ਜਾਂਦੇ ਸਨ ਤਾਂ ਮਹਾਰਾਜ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਨਾਲ ਜ਼ਰੂਰ ਤੀਜੇ ਚੌਥੇ ਦੀਵਾਨ 'ਚ ਜਾਂਦੇ ਸਨ ਸਾਧਸੰਗ। ਜਿੰਨੀ ਉਪਮਾ ਮਹਾਰਾਜ ਗੁਰੂ ਸਾਹਿਬ ਦੀ ਕਰਦੇ ਹਨ, ਉੱਨੀ ਗੁਰੂ ਸਾਹਿਬ ਮਹਾਰਾਜ ਰਾੜਾ ਸਾਹਿਬ ਕਰਮਸਰ ਸਾਹਿਬ ਦੀ, ਬ੍ਰਹਮ ਲੋਕ ਦੀ, ਬ੍ਰਹਮ ਗਿਆਨੀ ਮਹਾਤਮਾ ਦੀ ਮਹਾਰਾਜ ਆਪ ਉਸਤਤ ਕਰਾਉਂਦੇ ਹਨ। ਕਹਿੰਦੇ ਹਨ ਉਸਤਤ ਕਰੇ ਅਨੇਕ ਜਨ, ਮਹਾਰਾਜ ਫਰਮਾਨ ਕਰਦੇ ਹਨ, ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਜਾਨਕ ਪ੍ਰਕਾਰ। ਆਹੋ ਬ੍ਰਹਮ ਗਿਆਨੀ ਮਹਾਤਮਾ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ, ਸੰਤ ਬਾਬਾ ਮਹਿੰਦਰ ਸਿੰਘ ਮਹਾਰਾਜ। ਅੱਜ 22 ਸਲਾਨਾ ਬਰਸੀ ਹੈ ਮਹਾਰਾਜ 14 ਮਾਰਚ 1999 ਨੂੰ ਪੰਜ ਤੱਤਾਂ ਦਾ ਭੌਤਿਕ ਸਰੀਰ ਛੱਡ ਕੇ ਨੰਗਲ ਡੈ ਪਗੋੜ ਸਾਹਿਬ ਮਹਾਰਾਜ ਬਿਰਾਜਮਾਨ ਹੋਏ ਨੇ। ਹਜ਼ਾਰਾਂ ਕੀ ਲੱਖਾਂ ਅੱਖਾਂ 'ਚੋਂ ਜਲਦੇ ਹੰਝੂ ਵਹਿ ਰਹੇ ਹਨ ਔਰ ਇਹ ਅਰਦਾਸ ਕਰਦੇ ਹਨ, ਸੱਚੇ ਪਾਤਸ਼ਾਹ ਨਦੀਆਂ ਤੋਂ ਨੀਰ ਵਿਛੜੇ ਕਦੀ ਹੋਣਗੇ ਸਵਾਬਾਂ ਨਾਲ ਮੇਲੇ। ਪੜ੍ਹੋ ਪ੍ਰੇਮ ਨਾਲ ਕਿਵੇਂ ਸੰਗਤਾਂ ਬੇਨਤੀਆਂ ਕਰਦੇ ਹੋਣਗੇ ਸਵਾਬਾਂ ਨਾਲ ਮੇਲੇ ਨਦੀਆਂ ਨੀਰ ਵਿਛੜੇ ਹੋਣਗੇ ਸਵਾਬਾਂ ਨਾਲ ਮੇਲੇ ਨਦੀਆਂ ਦੇ ਰਹਿਣ ਵਿਛੜੇ
ਨਦੀਆਂ ਦੇ ਨੀਰ ਵਿਛੜੇ ਹੋਣਗੇ ਸਬਾ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ।